ਸਾਨੂੰ ਮਾਫ ਕਰ ਦੇ ਸ਼ੇਰੇ, ਮੈਂ ਤੁਹਾਨੂੰ ਮਾਫ ਤੇ ਕਰ ਦੇਣਾ ਹੋਵੇ, ਪਰ ਇੱਕ ਗੱਲ ਮੇਰੀ ਯਾਦ ਰੱਖਣਾ, ਆਪਣੀ ਬਦਮਾਸ਼ੀ ਚਿਹਰੇ ਪਾ ਛੱਡ। ਅਸਲਾਮ ਅਲੈਕੁਮ ਮਿੱਤਰੋ ਬੇਲੀਓ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਆਪਣੇ ਭਰਾਵਾਂ ਵਾਸਤੇ, ਆਪਣੇ ਵੀਰਾਂ ਵਾਸਤੇ, ਆਪਣੀਆਂ ਭੈਣਾਂ ਵਾਸਤੇ ਸੁਲਤਾਨ ਰਾਜ ਦੀ ਬਲੈਕ ਐਂਡ ਵਾਈਟ ਦੌਰ ਦੀ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਹਾਜ਼ਰ ਹੋ ਰਿਹਾ, ਔਰ ਉਸ ਫਿਲਮ ਦਾ ਨਾਮ ਹੈ ਸ਼ੇਰੇ ਬੱਬਰ। 11 ਅਗਸਤ 1977 ਬਰੋਜ ਜਮਾ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਪੰਜਾਬੀ ਫਿਲਮ ਸ਼ੇਰੇ ਬੱਬਰ। ਸ਼ੇਰੇ ਬੱਬਰ ਦਾ ਟਾਈਟਲ ਰੋਲ ਅਦਾਕਾਰ ਸੁਲਤਾਨ ਰਾਈ ਨੇ ਅਦਾ ਕੀਤਾ ਹੈ, ਅਤੇ ਇਸ ਫਿਲਮ ਦੇ ਅੰਦਰ ਅਦਾਕਾਰ ਸੁਲਤਾਨ ਰਾਈ ਨੇ ਯੰਗ ਟੂ ਓਲਡ ਕਿਰਦਾਰ ਅਦਾ ਕੀਤਾ ਹੈ। ਇਸ ਫਿਲਮ ਦੇ ਅਦਾਕਾਰ ਹਨ ਸੁਲਤਾਨ ਰਾਈ, ਆਸੀਆ, ਇਕਬਾਲ ਹਸਨ, ਚੰਗੇਜ਼ੀ, ਅਲੀਅਸ ਕਸ਼ਮੀਰੀ, ਸ਼ਾਹਨਵਾਜ਼, ਨਾਸਰਾ ਔਰ ਫਜ਼ਲੇ ਹੱਕ। ਇਸ ਫਿਲਮ ਦੇ ਅਦਾਕਾਰ ਹਨ ਅਕਰਮ ਖਾਨ, ਮੁਸੰਨਿਫ ਮੁਹੰਮਦ ਕਮਾਲ ਪਾਸ਼ਾ, ਫਿਲਮ ਸਾਜ਼ ਮੁਹੰਮਦ ਹਨੀਫ ਪਾਸ਼ਾ, ਅਤੇ ਇਹਦਾ ਮਿਊਜ਼ਿਕ ਦਿੱਤਾ ਹੈ ਟਾਫੂ ਨੇ। ਮੈਂ ਤੁਹਾਨੂੰ ਦੱਸਦਾ ਜਾਵਾਂ, ਇਹ ਜਿਹੜੀ ਫਿਲਮ ਹੈ ਅਦਾਕਾਰ ਆਸੀਆ ਦੀ ਪਹਿਲੀ ਪੰਜਾਬੀ ਫਿਲਮ ਸੀ। ਇਸ ਫਿਲਮ ਤੋਂ ਪਹਿਲੇ ਆਸੀਆ ਬਹੁਤ ਸਾਰੀਆਂ ਉਰਦੂ ਫਿਲਮਾਂ 'ਚ ਕੰਮ ਕਰ ਚੁੱਕੀ ਸੀ, ਲੇਕਿਨ ਜਿਹੜੀ ਸ਼ੇਰੇ ਬੱਬਰ ਹੈ ਉਹਨਾਂ ਦੀ ਪਹਿਲੀ ਪੰਜਾਬੀ ਫਿਲਮ ਸੀ। ਇਸ ਫਿਲਮ ਦੇ ਅੰਦਰ ਵੀ ਸੁਲਤਾਨ ਰਾਈ ਨੇ ਯੰਗ ਟੂ ਓਲਡ, ਯਾਨੀ ਕਿ ਜਵਾਨ ਫਿਰ ਬੁੱਢੇ ਦਾ ਕਰੈਕਟਰ ਅਦਾ ਕੀਤਾ ਹੈ। ਉਸਦਾ ਨਾਮ ਸ਼ੇਰਾ ਹੁੰਦਾ ਹੈ। ਸ਼ੇਰਾ ਦੀ ਇੱਕ ਭੈਣ ਹੁੰਦੀ ਹੈ, ਉਹ ਬੇਵਾ ਹੁੰਦੀ ਹੈ, ਉਹਦਾ ਇੱਕ ਭਾਂਜਾ ਵੀ ਹੁੰਦਾ ਹੈ। ਔਰ ਜਦੋਂ ਸ਼ੇਰੇ ਨੂੰ ਇਹ ਪਤਾ ਚੱਲਦਾ ਹੈ ਕਿ ਉਹਦੀ ਬੇਵਾ ਭੈਣ ਦੇ ਮਲਕ ਨਾਦਰ, ਜਿਹੜਾ ਕਿ ਮਲਕ ਅਲੀਅਸ ਕਸ਼ਮੀਰੀ ਦਾ ਪੁੱਤਰ ਹੁੰਦਾ, ਉਹਦੇ ਨਾਲ ਉਹਦੇ ਨਜਾਇਜ਼ ਤਾਲੁਕਾਤ ਹਨ, ਉਹਨੂੰ ਸਖਤ ਗੁੱਸਾ ਆਉਂਦਾ ਹੈ। ਇੱਕ ਦਿਨ ਰਾਤ ਦੇ ਅੰਧੇਰੇ ਜਦੋਂ ਉਸਦੀ ਭੈਣ ਮਲਕ ਨਾਦਰ ਨੂੰ ਮਿਲਣ ਜਾਂਦੀ ਹੈ, ਅਤੇ ਸ਼ੇਰੇ ਨੂੰ ਪਤਾ ਚੱਲ ਜਾਂਦਾ ਹੈ, ਸ਼ੇਰਾ ਕੁਲਾੜੀ ਦੇ ਵਾਰ ਕਰਕੇ ਆਪਣੀ ਭੈਣ ਅਤੇ ਉਹਦੇ ਆਸ਼ਿਕ ਨੂੰ ਕਤਲ ਕਰ ਦਿੰਦਾ ਹੈ। ਜਿਹੜਾ ਜੁਰਮ ਮੈਂ ਕੀਤਾ ਨਹੀਂ ਉਹਦੀ ਸਜ਼ਾ ਮੈਂ ਭੁਗਤਾ ਕਿਉਂ? ਪਰ ਸਰਕਾਰ ਦੀ ਨਜ਼ਰ ਤੂੰ ਕਾਤਲ ਹੈ, ਜੇ ਮੈਂ ਕਾਤਲ ਹੁੰਦਾ ਤੇ ਫਿਰ ਮਫਰੂਰ ਕਿਉਂ ਹੁੰਦਾ ਬੱਗੂ? ਪੁਲਿਸ ਸ਼ੇਰੇ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਔਰ ਸ਼ੇਰਾ ਜੇਲ੍ਹ ਚਲਾ ਜਾਂਦਾ ਹੈ। ਔਰ ਜੇਲ੍ਹ ਜਾਣ ਤੋਂ ਬਾਅਦ ਜਦੋਂ ਉਹਦੀ ਸਜ਼ਾ ਮੁਕੰਮਲ ਹੁੰਦੀ ਹੈ, ਉਹ ਜੇਲ੍ਹ ਤੋਂ ਰਿਹਾ ਹੋ ਕੇ ਵਾਪਸ ਆਪਣੇ ਪਿੰਡ ਆਉਂਦਾ ਹੈ। ਨਾਸਰਾ ਨੇ ਇਸ ਫਿਲਮ ਦੇ ਅੰਦਰ ਸੁਲਤਾਨ ਰਾਈ ਦੀ ਮਾਂ ਦਾ ਕਿਰਦਾਰ ਅਦਾ ਕੀਤਾ ਹੈ, ਔਰ ਫਜ਼ਲੇ ਹੱਕ ਨੇ ਬੱਗੂ ਦਾ ਕਿਰਦਾਰ ਅਦਾ ਕੀਤਾ, ਜਿਹੜਾ ਸੁਲਤਾਨ ਰਾਈ ਦਾ ਦੋਸਤ ਹੁੰਦਾ ਹੈ। ਔਰ ਜਦੋਂ ਸ਼ੇਰਾ ਵਾਪਸ ਆਉਂਦਾ ਹੈ ਤਾਂ ਮਾਂ ਉਹਨੂੰ ਲੜਾਈ ਮਾਰ ਕੁਟਾਈ ਤੋਂ ਮਨ੍ਹਾ ਕਰਦੀ ਹੈ ਔਰ ਕਹਿੰਦੀ ਹੈ ਕਿ ਉਹ ਪਿੰਡ ਛੋੜ ਕੇ ਚਲਾ ਜਾਏ, ਕਿਉਂਕਿ ਮਲਕ ਅਲੀਅਸ ਕਸ਼ਮੀਰੀ ਨੂੰ ਪਤਾ ਚੱਲੇਗਾ ਅਤੇ ਉਹ ਆ ਕੇ ਆਪਣਾ ਇੰਤਕਾਮ ਜ਼ਰੂਰ ਲਏਗਾ। ਪਰ ਉਹ ਮਾਂ ਨੂੰ ਕਹਿੰਦਾ ਕਿ ਜਦੋਂ ਮੈਂ ਆਪਣੇ ਕੀਤੇ ਦੀ ਸਦਾ ਭੁਗਤ ਚੁੱਕਿਆ ਅਤੇ ਮੈਨੂੰ ਕਿਸੇ ਕੋਲੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ, ਕੋਈ ਲੋੜ ਨਹੀਂ ਹੈ। ਜਦੋਂ ਮਲਕ ਨੂੰ ਪਤਾ ਚੱਲਦਾ ਤਾਂ ਉਹਦੇ ਪੁੱਤਰ ਹਮਲਾ ਕਰਕੇ ਸ਼ੇਰੇ ਨੂੰ ਮਾਰਦੇ ਨੇ। ਸ਼ੇਰਾ ਉਹਨਾਂ ਦੇ ਅੱਗੇ ਹੱਥ ਵੀ ਜੋੜਦਾ ਕਿ ਜੋ ਮੈਂ ਕੀਤਾ ਮੈਂ ਉਹਦੀ ਸਦਾ ਭੁਗਤ ਚੁੱਕਿਆ, ਪਰ ਉਹਨੂੰ ਸਖਤ ਮਾਰਦੇ ਨੇ। ਮਜਬੂਰਨ ਸ਼ੇਰੇ ਨੇ ਵੀ ਹੱਥ ਚੁੱਕਣਾ ਪੈਂਦਾ ਔਰ ਦੁਸ਼ਮਣ ਫਰਾਰ ਹੋ ਜਾਂਦੇ। ਜਦੋਂ ਮਲਕ ਆਸ਼ਮ ਨੂੰ ਪਤਾ ਚੱਲਦਾ ਅਲੀਅਸ ਕਸ਼ਮੀਰੀ ਨੂੰ ਕਿ ਸ਼ੇਰੇ ਨੇ ਉਹਦੇ ਬੰਦਿਆਂ ਨੂੰ ਮਾਰਿਆ, ਉਹਦੇ ਪੁੱਤਰਾਂ ਨੂੰ ਮਾਰਿਆ, ਅਤੇ ਉਹ ਬਸਤੀ ਵਾਲਿਆਂ ਨੂੰ ਹੁਕਮ ਦਿੰਦਾ ਕਿ ਬਸਤੀ ਖਾਲੀ ਕਰ ਦਿਓ। ਜਦੋਂ ਉਹ ਬਸਤੀ ਨਹੀਂ ਖਾਲੀ ਕਰਦੇ ਤਾਂ ਜਿਹੜਾ ਮਲਕ ਆਸ਼ਮ ਅਲੀਅਸ ਕਸ਼ਮੀਰੀ ਹੁੰਦਾ ਬਸਤੀ 'ਤੇ ਹਮਲਾ ਕਰ ਦਿੰਦਾ। ਮਜਬੂਰਨ ਸ਼ੇਰੇ ਨੂੰ ਵੀ ਹੱਥ ਚੁੱਕਣਾ ਪੈਂਦਾ ਔਰ ਇਸ ਹਮਲੇ ਦੇ ਦੌਰਾਨ ਮਲਕ ਆਸ਼ਮ ਅਲੀਅਸ ਕਸ਼ਮੀਰੀ ਕਤਲ ਹੋ ਜਾਂਦਾ ਔਰ ਸ਼ੇਰਾ ਪੁਲਿਸ ਨੂੰ ਵੇਖ ਕੇ ਫਰਾਰ ਹੋ ਜਾਂਦਾ। ਔਰ ਸ਼ੇਰਾ ਰਾਤ ਦੇ ਅੰਧੇਰੇ 'ਚ ਮਾਂ ਨੂੰ ਮਿਲਣ ਆਉਂਦਾ ਔਰ ਜਦੋਂ ਮਾਂ ਨੂੰ ਮਿਲਣ ਆਉਂਦਾ
ਬਾਲੀ ਬਾਲੀ ਦਾ ਕਿਰਦਾਰ ਅਦਾਕਾਰ ਨਾਜ਼ਲੀ ਨੇ ਅਦਾ ਕੀਤਾ ਹੈ, ਜਿਹੜੀ ਮਲਕ ਹਾਸ਼ਮ ਅਲੈਸ ਕਸ਼ਮੀਰੀ ਦੀ ਧੀ ਆਉਂਦੀ ਹੈ। ਬਾਲੀ ਜਿਹੜੀ ਹੁੰਦੀ ਆਪਣੇ ਭਰਾਵਾਂ ਨੂੰ ਕਹਿੰਦੀ ਹੈ ਕਿ ਮੈਂ ਆਪਣੇ ਪਿਓ ਦੇ ਕਤਲ ਦਾ ਬਦਲਾ ਖੁਦ ਲੈਵਾਂਗੀ। ਭਰਾਵਾਂ ਦਾ ਜਿਹੜਾ ਕਿਰਦਾਰ ਹੈ ਅਦਾਕਾਰ ਮੁਨੱਵਰ ਸਈਦ ਔਰ ਅਦਾਕਾਰ ਚੰਗੇਜ਼ੀ ਨੇ ਅਦਾ ਕੀਤਾ ਹੈ। ਖੈਰ ਬਾਲੀ ਜਾਂਦੀ ਔਰ ਜਾ ਕੇ ਸ਼ੇਰ ਦੇ ਘਰ ਪਨਾਹ ਲੈਂਦੀ ਹੈ ਔਰ ਉਹਨੂੰ ਕਹਿੰਦੀ ਹੈ ਕਿ ਉਹਦੇ ਪਿੱਛੇ ਬੰਦੇ ਲੱਗੇ ਹੋਣ, ਉਹਦੀ ਇੱਜ਼ਤ ਲੁੱਟਣਾ ਚਾਹੁੰਦੇ ਨੇ। ਸ਼ੇਰਾ ਉਹਨੂੰ ਕਹਿੰਦਾ ਕਿ ਤੂੰ ਚਲੀ ਜਾ, ਤੇਰੇ ਅੱਖ 'ਚ ਮੈਨੂੰ ਇੰਤਕਾਮ ਨਜ਼ਰ ਆ ਰਿਹਾ। ਪਰ ਮਾਂ ਦੀ ਔਰ ਮਾਂ ਆ ਕੇ ਉਹਨੂੰ ਬਾਲੀ ਨੂੰ ਅੰਦਰ ਲੈ ਜਾਂਦੀ ਹੈ। ਉਹ ਜਦੋਂ ਰਾਤ ਹੁੰਦੀ ਹੈ ਬਾਲੀ ਸ਼ੇਰੇ ਨੂੰ ਬੰਨ ਦਿੰਦੀ ਹੈ ਔਰ ਬੰਨ ਕੇ ਉਹਨੂੰ ਸਾਰੀ ਕਹਾਣੀ ਸੁਣਾਉਂਦੀ ਹੈ ਔਰ ਦੱਸਦੀ ਹੈ ਕਿ ਮੈਂ ਆਪਣੇ ਪਿਓ ਦਾ ਇੰਤਕਾਮ ਲੈਣਾ ਚਾਹੁੰਦੀ ਹਾਂ। ਸ਼ੇਰਾ ਨੂੰ ਸਾਰੀ ਕਹਾਣੀ ਸੁਣਾਉਂਦਾ ਹੈ ਕਿ ਕਿਸ ਤਰ੍ਹਾਂ ਮਲਕ ਨਾਦਰ ਦੇ ਉਹਦੀ ਭੈਣ ਦੇ ਨਾਲ ਤਲਕਾਤ ਸਨ, ਜਿਸ ਵਜ੍ਹਾ ਤੋਂ ਉਹ ਮੁਜਰਮ ਬਣਿਆ ਅਤੇ ਉਹਨੇ ਕਤਲ ਕੀਤਾ। ਜਿਹੜੇ ਮਲਕ ਹਾਸ਼ਮ ਦੇ ਪੁੱਤਰ ਆਉਂਦੇ ਨੇ ਉਹ ਆਉਂਦੇ ਨੇ ਔਰ ਹਮਲਾ ਕਰ ਦਿੰਦੇ ਨੇ ਔਰ ਬੱਗੂ ਜਿਹੜਾ ਕਿ ਸੁਲਤਾਨ ਰਾਜ ਦਾ ਦੋਸਤ ਹੁੰਦਾ ਸ਼ੇਰੇ ਦਾ, ਉਹਨੂੰ ਅਤੇ ਬਾਲੀ ਦੋਨਾਂ ਨੂੰ ਕਤਲ ਕਰਕੇ ਸ਼ੇਰੇ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੇ ਨੇ। ਪਰ ਉਹਦਾ ਜਿਹੜਾ ਪੰਜ ਆ ਉਹਦੇ ਆ ਜਾਂਦਾ ਔਰ ਆ ਕੇ ਉਹਨਾਂ ਦੀ ਚਾਲ ਨਾਕਾਮ ਬਣਾ ਦਿੰਦਾ ਔਰ ਪਰ ਸ਼ੇਰਾ ਪੰਜ ਦੇ ਨਾਲ ਉੱਤੋਂ ਫਰਾਰ ਹੋ ਜਾਂਦਾ ਔਰ ਵਕਤ ਗੁਜ਼ਰਦਾ। ਜਿਹੜੇ ਮਲਕ ਹਾਸ਼ਮ ਦੇ ਪੁੱਤਰ ਹੁੰਦੇ, ਮਲਕ ਹਾਸ਼ਮ ਦੇ ਪੁੱਤਰ ਸ਼ੇਰੇ ਦੇ ਡਰ ਤੋਂ ਉਹ ਇਲਾਕਾ ਛੋੜ ਦਿੰਦੇ ਨੇ ਔਰ ਸ਼ਹਿਰ 'ਚ ਆਪਣਾ ਨਾਮ ਬਦਲ ਕੇ ਸ਼ਾਹੂ ਅਤੇ ਸਿਕੰਦਰ ਆਪਣਾ ਨਾਮ ਰੱਖ ਲੈਂਦੇ ਨੇ ਔਰ ਸ਼ਹਿਰ 'ਚ ਰਹਿਣਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਦਾ ਪੁੱਤਰ ਵੀ ਇੱਕ ਹੁੰਦਾ ਸ਼ਨਵਾਜ਼, ਸ਼ਨਵਾਜ਼ ਇੱਕ ਬੁਰਾ ਇਨਸਾਨ ਹੁੰਦਾ। ਵਕਤ ਗੁਜ਼ਰਦਾ, ਸ਼ੇਰੇ ਦਾ ਜਿਹੜਾ ਪਾਂਜਾ ਹੁੰਦਾ ਉਹ ਵੀ ਜਵਾਨ ਹੋ ਜਾਂਦਾ ਔਰ ਪਾਂਜੇ ਦਾ ਕਿਰਦਾਰ ਅਸਕਰ, ਅਸਕਰ ਦਾ ਕਿਰਦਾਰ ਅਦਾਕਾਰ ਇਕਬਾਲ ਹਸਨ ਨੇ ਅਦਾ ਕੀਤਾ। ਆਸੀਆ ਜਿਹੜੀ ਆਉਂਦੀ ਹੈ ਉਹ ਮਲਕ ਸਿਕੰਦਰ ਅਤੇ ਸ਼ਾਹੂ ਦੀ ਧੀ ਆਉਂਦੀ ਹੈ। ਆਸੀਆ ਅਤੇ ਅਸਕਰ ਇੱਕ ਦੂਜੇ ਨਾਲ ਪਿਆਰ ਕਰਦੇ ਨੇ। ਸਿਕੰਦਰ ਅਤੇ ਸ਼ਾਹੂ ਥਾਣੇ ਜਾ ਕੇ ਸ਼ੇਰਾ ਦੀ ਮੁਖਬਰੀ ਕਰਦੇ ਨੇ ਔਰ ਥਾਣੇ ਵਾਲੇ ਦਰਖਾਸਤ ਦਿੰਦੇ ਕਿ ਸਾਨੂੰ ਸ਼ੇਰੇ ਕੋਲੋਂ ਜਾਨ ਦਾ ਖਤਰਾ ਹੈ। ਇੱਧਰ ਅਸਕਰ ਜਿਹੜਾ ਆਉਂਦਾ ਉਹਨੂੰ ਪਤਾ ਚੱਲ ਜਾਂਦਾ ਹੈ, ਉਧਰ ਸ਼ਾਹੂ ਨੂੰ ਕਤਲ ਕਰਨ ਵਾਸਤੇ ਆਉਂਦਾ ਹੈ, ਲੇਕਿਨ ਉਹਦੀ ਮੁਲਾਕਾਤ ਆਸੀਆ ਦੇ ਨਾਲ ਹੋ ਜਾਂਦੀ ਹੈ। ਦੋਨਾਂ 'ਚ ਆਪਸ ਵਿੱਚ ਪਿਆਰ ਹੋ ਜਾਂਦਾ ਹੈ। ਜਿਹੜਾ ਸ਼ੇਰਾ ਹੁੰਦਾ ਉਹ ਆਸੀਆ ਨੂੰ ਕਤਲ ਕਰਨਾ ਚਾਹੁੰਦਾ ਹੈ ਪਰ ਅਸਕਰ ਉਹਦੇ ਰਸਤੇ ਦੀ ਦੀਵਾਰ ਬਣ ਜਾਂਦਾ ਹੈ। ਮਲਕ ਸਿਕੰਦਰ ਅਤੇ ਸ਼ਾਹੂ ਅਸਕਰ ਨੂੰ ਦੱਸਦੇ ਨੇ ਕਿ ਜਿਹੜਾ ਸ਼ੇਰਾ ਹੈ ਉਹ ਤੇਰੀ ਮਾਂ ਦਾ ਕਾਤਲ ਹੈ। ਅਸਕਰਾ ਆਪਣੇ ਮਾਮੇ ਨੂੰ ਕਤਲ ਕਰਨੇ ਵਾਸਤੇ ਆਉਂਦਾ। ਜਿਹੜਾ ਸ਼ੇਰਾ ਹੁੰਦਾ ਉਹਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ। ਨਜਮਾ ਅਤੇ ਅਸਕਰ ਦੀ ਸ਼ਾਦੀ ਤੈਅ ਹੋ ਜਾਂਦੀ ਹੈ। ਸ਼ੇਰੇ ਨੇ ਜਦੋਂ ਜੇਲ੍ਹ ਵਿੱਚ ਪਤਾ ਚੱਲਦਾ ਉਹ ਫਰਾਰ ਹੋ ਕੇ ਆ ਜਾਂਦਾ। ਅਸਕਰ ਅਤੇ ਸ਼ੇਰੇ ਦਾ ਆਪਸ 'ਚ ਟਕਰਾਅ ਹੁੰਦਾ ਔਰ ਅਸਕਰ ਜਿਹੜਾ ਹੁੰਦਾ ਉਹ ਸ਼ੇਰੇ ਨੂੰ ਗੋਲੀ ਮਾਰ ਦਿੰਦਾ। ਦੁਸ਼ਮਣ ਇਹ ਸਮਝਦਾ ਕਿ ਸ਼ੇਰਾ ਮਾਰਿਆ ਗਿਆ। ਜਦੋਂ ਅਸਕਰ ਸ਼ੇਰੇ ਨੂੰ ਗੋਲੀ ਮਾਰ ਦਿੰਦਾ ਅਤੇ ਸਿਕੰਦਰ ਅਤੇ ਸ਼ਾਹੂ ਨੇ ਕਹਿੰਦੇ ਕਿ ਇਹ ਸਾਡੀ ਚਾਲ ਸੀ ਔਰ ਤੂੰ ਵੀ ਸਾਡਾ ਦੁਸ਼ਮਣ ਹੈ, ਉਹ ਅਸਕਰ ਨੂੰ ਵੀ ਕਤਲ ਕਰਨਾ ਚਾਹੁੰਦੇ ਨੇ। ਪਰ ਸ਼ੇਰਾ ਉੱਠ ਜਾਂਦਾ ਔਰ ਉੱਠ ਕੇ ਦੁਸ਼ਮਣਾਂ ਨੂੰ ਕਤਲ ਕਰ ਦਿੰਦਾ ਔਰ ਅਸਕਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਔਰ ਸ਼ੇਰਾ ਵੀ ਦੁਸ਼ਮਣ ਦੇ ਹਮਲੇ 'ਚ ਮਾਰਿਆ ਜਾਂਦਾ। ਨਾਜ਼ਰੀਨ, ਬੜੀ ਜ਼ਬਰਦਸਤ ਫਿਲਮ ਹੈ। ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ, ਤੁਸੀਂ ਜਾ ਕੇ ਵੇਖ ਸਕਦੇ ਹੋ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।